ہاں جی خواتین و حضرات اس ٹائم اساں موجود ہاں ڈیم اوپر تساں تھکی رہے سو ایتھا جان کافی ساری کنک رہی سنے تے کٹائی وی کری رہے ہیں تے جڑن ہن کنکا لو کٹیاں کری رہے مساں نے او پوش اوپر تساں کرسن دانے چانے آ تھکی رہے ہو سو لوڈ ای وی ٹرالی جے رہی ہے اس تو بعد تے جڑی ہے نا ایک مشین لگی ہوئی ہے تے تکنے سو چار پانچ بندے وی نال لگے ہوئے تے گڈیاں آنے تے بچے وی تکنے سو وی نال جڑے نا لگے ہوئے تے گڈیاں جڑی ہیں چاہیے نا تو ਮਸ਼ੀਨਾਂ ਕੋਲ ਜਾਂ ਅੱਜ ਕੱਲ੍ਹ ਤਾਂ ਉਹ ਜਿਹੜਾ ਨਾ ਵਿੱਚ ਸੱਟਣਾ ਉਹ ਜਿਹੜਾ ਨਾ ਤੁਸੀਂ ਕਿੱਦਾਂ ਸੁਣੇ ਆ ਤਾਂ ਕਾਫੀ ਤਾਦਾਦ ਦੀ ਸਾਈਜ਼ ਤੱਕ ਸੋ ਇਹਨਾਂ ਜਿੰਨੀਆਂ ਨਾ ਕਣਕਾਂ ਸੱਟੀਆਂ ਤਾਂ ਤੱਕ ਨਾ ਸੋ ਮਸ਼ੀਨ ਲੱਗੀ ਹੋਈ ਹੈ ਇਸ ਪਾਸੇ ਬਹੁਤ ਤੱਕ ਨਾ ਸੋ ਨਿਕਲੀ ਰਿਹਾ ਤੇ ਇੱਧਰ ਜਿਹੜਾ ਪੁਣ ਭਾਈ ਯਾਰ ਬੈਠੇ ਹੋਏ ਜਿਹੜਾ ਨਾ ਦਾਣੇ ਕੱਟਣੇ ਪਏ ਤਕਰੀਬਨ 10 ਇੱਕ ਤਰੋੜੇ ਜਿਹੜੇ ਨਾ ਦਾਣਿਆਂ ਦੇ ਕੱਟੀ ਰਹੇ ਉਸ ਤੋਂ ਬਾਅਦ ਇੱਧਰ ਜਿਹੜਾ ਨਾ ਤੱਕ ਨਾ ਸੋ ਲੱਗੇ ਹੋਏ ਤਕਣਾ ਸੋ ਬੱਚੇ ਵੀ ਜਿਹੜੇ ਨਾ ਨਾਲ ਮਦਦ ਕਰੀ ਰਹੇ ਨੇ ਡੈਮਾਂ ਦੀ ਸੈਰ ਲਈ ਰਹੀ ਹੈ ਤੱਕਣੇ ਸੋ ਅੱਗੇ ਗਈਆਂ ਮੰਜਾਂ ਖੋਲੀਆਂ ਨੇ ਅੱਗੇ ਅਸੀਂ ਕਿ ਕਣਕਾਂ ਵਧੀਆਂ ਸਨ ਤਾਂ ਥੋੜ੍ਹਾ ਜਿਹਾ ਡਰ ਸਨ ਕਿ ਖਾਈ ਰਹਿਣਾ ਹੁਣ ਜਿਹੜਾ ਨਾ ਸਫਾਈ ਕਰੀ ਰਿਹਾ ਉਹਨਾਂ ਵਾਸਤੇ ਬੇਸ਼ੁਮਾਰ ਚਾਰਾ ਉਹਨਾਂ ਕਹਿ ਜਿਹੜੀਆਂ ਗਈਆਂ ਮੰਜਾਂ ਖੋਲੀਆਂ ਰਿਹਾ ਕਰਸਨ ਸਰ ਇਹ ਵੀ ਆਜ਼ਾਦ ਹੈਗੀਆਂ ਕਿਲੇ ਸਨ ਇਹ ਤੱਕਣੇ ਸੋ ਇੱਧਰ ਗੱਡੀਆਂ ਪਈਆਂ ਤਾਂ ਟਰਾਲੀ ਲੋਡ ਕਰੀ ਰਹੇ ਬਾਹਰ ਸਾਹਮਣੇ ਮਸ਼ੀਨ ਲੱਗੀ ਵੀ ਹੈ ਕੰਮ ਸ਼ੁਰੂ ਨੂੰ ਇਸ ਟਾਈਮ ਇਸ ਦਵਾ ਜਿਹੜਾ ਨਾ ਕਾਫੀ ਜ਼ਿਆਦਾ ਕਣਕ ਹੀ ਹੈ ਬਾਰਿਸ਼ਾਂ ਵੀ ਰਹੀਆਂ ਬਿਸਮਿਲ੍ਲਾਹਿ ਰਹਿਮਾਨ ਰਹੀਮ ਅਸਲਾਮ ਅਲੈਕੁਮ ਮੈਂ ਦਲਤ ਹੁਸੈਨ ਇਸ ਟਾਈਮ ਜਿਸਾਂ ਮੌਜੂਦਾ ਡੈਮ ਉੱਪਰ ਤੁਸਾਂ ਹਮਾਰੇ ਪਿੱਛੇ ਤੱਕ ਹੀ ਰਹੇ ਸੋ ਕਣਕਾਂ ਅਤੇ ਕਣਕਾਂ ਦੀ ਜਿਹੜੀਆਂ ਨਾ ਕਟਾਈ ਸ਼ੁਰੂ ਹੋਈ ਗਈ ਹੈ ਉਸ ਤੋਂ ਬਾਅਦ ਮਸ਼ੀਨਾਂ ਦੀ ਆਵਾਜ਼ ਆਈ ਰਹੀ ਸੀ ਉਹ ਜਿਹੜਾ ਨਾ ਪੋਸ਼ ਉਹ ਕੱਢੀ ਰਹੇ ਦਾਣੇ ਛਾਣੇ ਅਤੇ ਉਹ ਵੀ ਤੁਸਾਂ ਲਾਸਟ ਸ਼ੇਅਰ ਕਰਸਾਂ ਅਗਰ ਵੀਡੀਓ ਪਸੰਦ ਅੱਛਾ ਲਾਈਕ ਕਰਨਾ ਕਮੈਂਟ ਕਰਨਾ ਹਮਾਰੇ ਚੈਨਲ ਕੇ ਸਬਸਕ੍ਰਾਈਬ ਕਰਸੋ ਬੈਲ ਆਈਕਨ ਜ਼ਰੂਰ ਦਬਾਸੋ ਤਾਂ ਕਿ ਹਮਾਰੀ ਵੀਡੀਓ ਤੁਸੀਂ ਕੀ ਲੱਭਣੀ ਰਹੇ ਇਸ ਟਾਈਮ ਕਾਫੀ ਤਾਦਾਦ ਜਿਹੜਾ ਨਾ ਕਣਕਾਂ ਦੀ ਕਟਾਈ ਸ਼ੁਰੂ ਹੈ ਤੁਸੀਂ ਕੀ ਦੱਸਣੇ ਆ ਇਹ ਤੱਕ ਹੀ ਰਹੇ ਸੋ ਕਣਕਾਂ ਇਸ ਪਾਸੇ ਹਾਲੇ ਕਣਕ ਰੈਡੀ ਵੀ ਹੈ ਉਸ ਤੋਂ ਬਾਅਦ ਪਾਰ ਸਾਹਮਣੇ ਤੁਸੀਂ ਤੱਕਣੇ ਸੋ ਟਰਾਲੀ ਹੈ ਲੋਡ ਹੋਈ ਵੀ ਹੈ ਕਣਕਾਂ ਦੀ ਅਤੇ ਕੰਮ ਜਿਹੜਾ ਨਾ ਤੇਜ਼ੀ ਨਾਲ ਸ਼ੁਰੂ ਹੈ ਅਤੇ ਪੋਸ਼ੋ ਕੱਢੀ ਰਹੇ ਦਾਣੇ ਛਾਣੇ ਅਤੇ ਉਸ ਤੋਂ ਬਾਅਦ ਇੱਧਰ ਹੀ ਤੁਸੀਂ ਤੱਕਣੇ ਸੋ ਇਹ ਗੱਡੀਆਂ ਪਈਆਂ ਸਾਰੇ ਭਾਈ ਮੁਸਤਫਾ ਵੀ ਨਾ ਅਤੇ ਅੱਜ ਮੌਸਮ ਕਾਫੀ ਠੰਡਾ ਆ ਵਾਹ ਠੰਡੀ ਠੰਡੀ ਚੱਲੀ ਰਹੀ ਹੈ ਇੱਧਰ ਹੀ ਤੁਸੀਂ ਤੱਕਣੇ ਸੋ ਬਹੁਤ ਸਾਹਮਣੇ ਆ ਪਏ ਆ ਇਹ ਜਿਹੜਾ ਇੰਨਾ ਕੜਿਆ ਹੁਣ ਜਿਹੜਾ ਨਾ ਜੁਲੇ ਆ ਤੁਸੀਂ ਕੋਈ ਮਸ਼ੀਨ ਤੱਕਣੇ ਆ ਤਾਂ ਦੱਸਣੇ ਆ ਕਿ ਦਾਣੇ ਕਿਸਾ ਕੱਢਣੇ ਤਾਂ ਕਿਸਾ ਪੋਹ ਬਣਾਉਣੇ ਇਹਨਾਂ ਨੂੰ ਮਾਸ਼ਾਅੱਲਾ ਜੇ ਤੱਕੀ ਰਹੇ ਸੋ ਕਣ ਪੱਕੀ ਗਈ ਹੈ ਕਾਫੀ ਸਾਰੀ ਖੂਬਸੂਰਤੀ ਤੱਕਣੇ ਸੋ ਮਾਸ਼ਾਅੱਲਾ ਕੋਈ ਦੇਰ ਪਹਿਲਾਂ ਆਏ ਸਾਂ ਗ੍ਰੀਨ ਗ੍ਰੀਨ ਸੀ ਇਸ ਟਾਈਮ ਤੁਸੀਂ ਤੱਕਣੇ ਸੋ ਹਰ ਪਾਸਾ ਪੀਲਾ ਰੰਗ ਤੁਸੀਂ ਦੱਸਣਾ ਸੀ ਕਿਵੇਂ ਕਿ ਕਣਕਾਂ ਇਸ ਟਾਈਮ ਪੱਕੀ ਗਈਆਂ ਪੀਲੀਆਂ ਹੈਗੀਆਂ ਮਸ਼ੀਨਾਂ ਲੱਗੀਆਂ ਸ਼ਜ਼ੋਰਾਂ ਆਈਆਂ ਤੱਕਣੇ ਸੋ ਤਿੰਨ ਹਜ਼ਾਰ ਤੱਕ ਹੀ ਰਿਹਾ ਸੋ ਮਸ਼ੀਨ ਲੱਗੀ ਹੋਈ ਹੈ ਨਾਲ ਹੀ ਜੇ ਕਟਾਈ ਕਰਨੀ ਹੈ ਤਾਂ ਨਾਲ ਹੀ ਆਪੋ ਆਪ ਬੰਨੀ ਹੈ ਮਤਲਬ ਇੱਕ ਧਾਗਾ ਜਿਹਾ ਉਸਨੇ ਲਾਓ ਗੰਢ ਮਾਰਨੀ ਹੈ ਬੰਨੀ ਹੋਣੀ ਹੈ ਗੱਡੀ ਬਣਾਈ ਹੋਣੀ ਹੈ ਤੁਸਾਂ ਨੂੰ ਦੱਸਣੇ ਆ ਇਹ ਤੱਕਣੇ ਸੋ ਕਟਾਈ ਸ਼ੁਰੂ ਹੈ ਕਣਕਾਂ ਦੀ ਕੱਢੀ ਤੱਕ ਨਾ ਸੋ ਬਣੀ ਗਈ ਆ ਕਾਫੀ ਸਹੂਲਤਾਂ ਆਈ ਗਈਆਂ ਇਸ ਟਾਈਮ ਵਾਮ ਕੀ ਇਹ ਜ਼ਿਆਦਾ ਨਾ ਥਾਲਾ ਕਟਾਈ ਕਰਨੇ ਹੋਣੇ ਸਨ ਉਹ ਜ਼ਿਆਦਾ ਨਾ ਮਸ਼ੀਨਾਂ ਆਈ ਗਈਆਂ
ਹੁਣ ਜਾਂ ਕਟਾਈ ਨਾਲ ਦੱਸਿਆ ਆ ਹੁਣ ਜਾਂ ਅਸਾਂ ਚੁੱਲ੍ਹੇ ਹਾਂ ਜਿੱਥੇ ਮਸ਼ੀਨ ਲੱਗੀ ਹੋਈ ਹੈ ਦਾਣੇ ਤਾਂ ਪੋ ਕਰਨੀ ਹੈ ਉਹ ਤੁਸਾਂ ਦਾ ਸ਼ੇਅਰ ਕਰਨੇ ਆ ਸਟੈਪ ਬਾਏ ਸਟੈਪ ਤੁਸੀਂ ਜਾਣਾ ਵਾ ਦੱਸੋ ਜੇ ਪਹਿਲਾਂ ਅਸੀਂ ਕਟਾਈ ਕਰਨੇ ਮੂੜੀ ਫਿਰ ਗੱਡੀਆਂ ਬਣਾਉਣੇ ਫਿਰ ਅਸੀਂ ਜਾਣਾ ਨਾ ਇਕੱਠਾ ਕਰਨੇ ਇੱਕ ਜਗ੍ਹਾ ਪਰ ਅਤੇ ਫਿਰ ਜਿਹੜਾ ਨਾ ਉਹ ਅੱਛਾ ਫਿਰ ਜਿਹੜਾ ਨਾ ਮਸ਼ੀਨ ਲਾਉਣੀ ਇੱਕ ਜਗ੍ਹਾ ਪਰ ਅਤੇ ਦਾਣੇ ਅਤੇ ਉਹ ਬਣਾਉਣੀ ਉਹ ਤੁਸਾਂ ਨਾਲ ਦੱਸੋ ਉਸ ਤੋਂ ਬਾਅਦ ਅੱਗੇ ਹੀ ਪ੍ਰੋਸੈਸ ਹੈ ਨਾ ਪਰ ਫਿਲਹਾਲ ਜਿਹੜਾ ਨਾ ਇਤਨਾ ਤੁਸੀਂ ਦੱਸਣੇ ਹੋ ਹਾਂਜੀ ਹਾਂ ਤੇ ਨਾ ਜ਼ਿਆਦਾ ਤੱਕੀ ਰਿਹਾ ਸੋ ਪਹਿਲਾਂ ਅਸਾਂ ਕਟਾਈ ਆ ਦੇਖੋ ਮਨਜੋਤ ਸਾਂ ਜਿਹੜਾ ਕਣਕ ਨਹੀਂ ਕਟਾਈ ਕਰੀ ਰਿਹਾ ਸੀ ਹੁਣ ਤੱਕੀ ਰਿਹਾ ਸੋ ਇੱਥੇ ਜਿਹੜਾ ਨਾ ਟਾਈਮ ਆ ਪਰ ਲੋਡ ਵੀ ਕਰੀ ਰਹੇ ਟਰਾਲੇ ਮਸਾਂ ਜੇ ਕਟਾਈ ਏਰੀਆ ਨਹੀਂ ਨਾ ਫਿਰ ਉਹਨੇ ਕਿ ਜਿਹੜਾ ਲੋਡ ਕਰਨੇ ਤਾਂ ਉੱਥੇ ਕਰਨੇ ਜਿੱਥੇ ਮਸ਼ੀਨ ਲੱਗੀ ਵੀ ਕਹਿ ਜਾਏਗਾ ਤਾਂ ਤੱਕਣੇ ਸੋ ਬੱਚੇ ਵੀ ਲਾ ਲੱਗੇ ਵੇ ਅਤੇ ਤਕਰੀਬਨ ਜਾਣਾ ਤਿੰਨ ਚਾਰ ਟਰਾਲੀਆਂ ਜਿਹੜੇ ਲੋਡ ਕਰੀਦੇ ਮਸਾਂ ਜੀ ਕਹਿ ਟਰਾਲੀ ਹੈ ਉਸ ਤੋਂ ਬਾਅਦ ਕਹਿ ਰਹੇ ਹਾਂ ਅਤੇ ਇੱਕ ਉਹ ਪਾਰ ਸਾਹਮਣੇ ਤੋਂ ਤੱਕਣੇ ਸੋ ਅਤੇ ਕਿੱਧਰ ਵੀ ਜਿਹੜੀ ਆ ਨਾ ਲੋਡ ਵੀ ਆਈ ਰਹੀ ਹੈ ਐਂ ਗੱਡੀਆਂ ਪਈਆਂ ਸਾਰੀਆਂ ਜਿਹੜੀਆਂ ਲੋਡ ਕਰ ਸੋ ਤੱਕਣੇ ਸੋ ਨਿੱਕੇ ਨਿੱਕੇ ਬੱਚੇ ਵੀ ਜਿਹੜੇ ਨਾ ਕੰਮ ਕਰੀਦੇ ਹਾਂਜੀ ਸਾਰਾ ਪ੍ਰੋਸੈਸ ਦੱਸਣ ਤੋਂ ਬਾਅਦ ਹੁਣ ਤੁਸੀਂ ਕੀ ਦੱਸਾਂ ਕਿ ਮਸ਼ੀਨਾਂ ਵਿੱਚ ਕਿਸ ਤਰ੍ਹਾਂ ਪੋ ਕੱਢਣੇ ਅਤੇ ਕਿਸ ਤਰ੍ਹਾਂ ਦਾਣੇ ਜਿਹੜਾ ਕੱਢਿਆ ਆਹ ਤਾਂ ਕਹਿੰਦੇ ਸੋ ਸਾਰਾ ਇੱਕ ਜਗ੍ਹਾ ਨਾ ਗੱਡੀਆਂ ਇਕੱਠੀਆਂ ਕੀਤੀਆਂ ਅਤੇ ਫਿਰ ਰਾਵਾਂ ਰਾਂ ਇੱਕ ਇੱਕ ਵਾਰੀ ਸੱਟੀ ਜਾਂਦੀ ਐਂ ਤੁਸਾਂ ਤੱਕ ਉਸ ਤੋਂ ਬਾਅਦ ਇੱਥੇ ਨਾ ਆਪਣਾ ਖਾਣ ਪੀਣ ਵੀ ਆਉਂਦੇ ਆ ਗਰਮੀਆਂ ਕਾਫੀ ਸਖਤ ਹੈ ਮੈਂ ਤਾਂ ਕਹਿੰਦਾ ਟਰਾਲੀਆਂ ਦਾ ਢੇਰ ਜਿਹੜੇ ਨਾ ਉਹ ਇੱਥੇ ਇੰਨਾ ਸਟਾਕ ਲਾਇਆ ਆ ਹਾਲੇ ਵੀ ਤੱਕਣਾ ਸੋ ਟਰਾਲੀਆਂ ਜਿਹੜੀਆਂ ਨਾ ਉਹ ਲੋਡ ਹੈ ਜਿਹੜੀਆਂ ਹਾਂਜੀ ਹਵਾ ਤੀਨ ਰਾਤ ਇਸ ਟਾਈਮ ਤੁਸੀਂ ਹਮਾਰੇ ਪਿੱਛੇ ਤੱਕਣੇ ਸੋ ਮਸ਼ੀਨ ਲੱਗੀ ਵੀ ਹੈ ਤੁਸੀਂ ਕਿ ਪਹਿਲਾਂ ਤੱਕ ਦੱਸਿਆ ਸੀ ਕਟਾਈ ਕਿਸ ਤਰ੍ਹਾਂ ਕਰਨੇ ਫਿਰ ਟਰਾਲੀਆਂ ਲੋਡ ਕਿਸ ਤਰ੍ਹਾਂ ਕਰਨੇ ਉਸ ਤੋਂ ਬਾਅਦ ਆਖਰੀ ਪ੍ਰੋਸੈਸ ਹੈ ਉਹ ਹੈ ਮਸ਼ੀਨਾਂ ਨਾਲ ਅਤੇ ਜਿਹੜਾ ਮਸ਼ੀਨਾਂ ਵਿੱਚ ਤੱਕਣੇ ਸੋ ਗੱਡੀਆਂ ਸੱਟੀ ਰਹੇ ਅਤੇ ਦਾਣੇ ਨਿਕਲੀ ਰਹੇ ਅਤੇ ਪੋ ਨਿਕਲੀ ਆ ਉਹ ਤੁਸੀਂ ਦੱਸਾਂ ਅਤੇ ਇਸ ਤੋਂ ਬਾਅਦ ਇੱਕ ਹੋਰ ਪ੍ਰੋਸੈਸ ਹੈ ਉਹ ਜਿਹੜਾ ਨਾ ਕਿ ਇੱਥੋਂ ਇਹ ਚਾਹ ਸਨ ਅਸੀਂ ਵਾਪਸ ਆਪਣੇ ਕਾਰ ਕਰ ਸਕਦੇ ਜਾਂ ਜਿੱਥੇ ਇਹਨਾਂ ਦਾ ਡੇਰਾ ਆ ਉੱਥੇ ਅਸੀਂ ਪਹੁੰਚਾ ਸਕ ਆਹ ਤੱਕਣੇ ਅਸੀਂ ਚਾਰ ਵੀ ਲੱਗੇ ਹੋਏ ਹੈਲਪਰ ਹੀ ਨੇ ਤਾਂ ਕੀ ਸਰ ਗੱਡੀਆਂ ਜਿਹੜੀਆਂ ਚੇ ਚੇ ਮਸ਼ੀਨਾਂ ਹੀ ਸੜਨੇ ਪਏ ਪਾਸੇ ਦਾਣੇ ਨਾ ਇਹ ਦਾਣੇ ਕੱਢੀ ਨੇ ਇੱਧਰੋਂ ਇਸ ਪਾਸੇ ਪੋ ਤਕੜੇ ਸਭ ਬਾਹਰ ਮੁੜੀ ਆ ਤਕੜੇ ਦੱਸੋ ਕਾਫੀ ਤਾਦਾਦ ਦਾਣੇ ਜਿਹੜੇ ਨਿਕਲੀ ਗਏ ਹਾਲੇ ਵੀ ਜਿਹੜੇ ਨਾ ਤਰੋੜੇ ਇਹ ਵੀ ਹਾਲੇ ਵੀ ਕਾਫੀ ਜਿਹੜੇ ਨਾ ਘੱਟ ਸਨ ਮੌਸਮ ਕਾਫੀ ਠੰਡਾ ਮਾਸ਼ਾਅੱਲਾ
ਤੁਸੀਂ ਨਾਲ ਰਾਤ ਜਿਸ ਟਾਈਮ ਅਸਾਂ ਮੌਜੂਦ ਸਾਂ ਮੰਗਲਾ ਡੈਮ ਦੇ ਅੰਦਰ ਤੇ ਤੁਸੀਂ ਕੀ ਦੱਸਣੇ ਪਏ ਸਾਂ ਕਿ ਮੰਗਲਾ ਡੈਮ ਦੇ ਅੰਦਰ ਕਿੰਨੀ ਰੌਣਕ ਹੈ, ਕਣਕਾਂ ਦੀ ਕਟਾਈ ਸ਼ੁਰੂ ਹੈ ਤੇ ਕਿਆ ਕਿਆ ਕੁਝ ਹੈ ਰਿਹਾ ਆ। ਅਮੇਨ ਕਨਾਜ ਨੇ ਵੀ ਜੇ ਬੁੱਕ ਸਾਨੂੰ ਸੇਕਰ ਵੀ ਆਪਾਂ ਨੂੰ ਲਾਈਕ ਐਂਡ ਕਮੈਂਟ ਕਰਨਾ, ਮਾਰੀ ਚੈਨਲ ਕੀ ਸਬਸਕ੍ਰਾਈਬ ਕਰ ਸੋ ਬੈਲ ਆਈਕਨ ਜ਼ਰੂਰ ਬਸ ਤਾਂ ਕਿ ਮਾਰੀ ਵੀਡੀਓ ਤੁਸੀਂ ਕੀ ਲਵ ਨਹੀਂ ਕਰਾਂ। ਔਰ ਇਸ ਨਾਲ ਨੂੰ ਵੀ ਦੇਸੋ ਇਜਾਜ਼ਤ, ਨੈਕਸਟ ਵੀਡੀਓ ਫਿਰ ਮਿਲਦਾ। ਅੱਲਾ ਹਾਫਿਜ਼।